Afrika dostu. I have a lot of people who are in the world. ਜੋ ਮਾਹੌਲ ਪੰਜਾਬ 'ਚ ਚੰਡੀਗੜ੍ਹ 'ਚ ਲੁਧਿਆਣੇ 'ਚ ਅੰਮ੍ਰਿਤਸਰ 'ਚ ਉਹ ਹੀ ਮਾਹੌਲ ਇੱਥੇ ਵੇਖਣ ਨੂੰ ਮਿਲਦਾ ਬਟ ਇੱਕ ਗੱਲ ਦੀ ਖੁਸ਼ੀ ਬੜੀ ਹੋਈ ਕਿ ਬੱਚਿਆਂ ਨੇ ਸਟੂਡੈਂਟਸ ਨੇ ਆ ਕੇ ਬੜੀ ਤਰੱਕੀ ਕੀਤੀ ਇੱਥੇ 6 ਕੁ ਮਹੀਨੇ ਬੱਚੇ ਨੂੰ ਔਖ ਹੁੰਦੀ ਪਹਿਲਾਂ ਥੋੜ੍ਹਾ ਜਿਹਾ ਕਮਿਊਨੀਕੇਸ਼ਨ ਦੀ ਪ੍ਰੋਬਲਮ ਕਿਉਂਕਿ ਇੰਗਲਿਸ਼ ਪੰਜਾਬੀਆਂ ਦੀ ਠੀਕ ਠਾਕ ਹੁੰਦੀ ਹੈ ਥੋੜ੍ਹੀ ਜਿਹੀ ਜੋਬ ਲੈਣ 'ਚ ਪ੍ਰੋਬਲਮ ਬਟ 6 ਮਹੀਨੇ ਬਾਅਦ ਬੱਚੇ ਇੱਥੇ ਵਧੀਆ ਮਹਿੰਗੀਆਂ ਮਹਿੰਗੀਆਂ ਗੱਡੀਆਂ ਚਾਹੇ ਉਹ ਲੈਂਬਰਗਿਨੀ ਹੋਵੇ ਜਾਂ ਵਧੀਆ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੀ ਗੱਲ ਹੋਵੇ ਗੱਡੀਆਂ ਲੈ ਕੇ ਬੱਚੇ ਆਪਣੇ ਘਰ ਜਦੋਂ ਫੋਟੋਆਂ ਭੇਜਦੇ ਆ ਐਂਡ ਵਧੀਆ ਵਧੀਆ ਥਾਵਾਂ 'ਤੇ ਜਾ ਕੇ ਮਹਿੰਗੇ ਮਹਿੰਗੇ ਬ੍ਰਾਂਡਡ ਕੱਪੜੇ ਪਾ ਕੇ ਜਿਹਨੇ ਉਹ ਬ੍ਰਾਂਡ ਜਿਹਨਾਂ ਦੀ ਆਮ ਤੌਰ 'ਤੇ ਪੰਜਾਬੀ ਬੱਚਾ ਕਦੇ ਪੰਜਾਬ 'ਚ ਬੈਠਾ ਉਮੀਦ ਵੀ ਨਹੀਂ ਕਰ ਸਕਦਾ ਮੁੜ ਕੇ ਉਹ ਵੀ ਮਹਿੰਗੇ ਮਹਿੰਗੇ ਬ੍ਰਾਂਡਡ ਦੇ ਕੱਪੜੇ ਪਾ ਕੇ ਪੰਜਾਬੀ ਨੇ ਜੋ ਦੱਸਦੇ ਅਤੇ ਫਿਰ ਉਹਨਾਂ ਦੇ ਹੋਰ ਅਗਲੇ ਭੈਣ ਸਾਲ ਦੇ ਕਸਰ ਨੇ ਉਹ ਟਰੈਸ਼ ਪੈਂਦੇ ਕਿ ਮੈਂ ਵੀ ਕੈਨੇਡਾ ਜਾਣਾ ਉਹ ਠੀਕ ਗੱਲ ਆ ਹੋਣਾ ਚਾਹੀਦਾ ਜੰਮ ਜੰਮ ਆਓ ਪੜ੍ਹਾਈ ਕਰਕੇ ਆਪਣੇ ਮੁਲਕਾਂ 'ਚ ਵਾਪਸ ਜਾਓ ਜਿਹੜੇ ਬੰਦੇ ਇੱਥੇ ਪੀਆਰ ਲੈਣ ਲਈ ਹੱਕਦਾਰ ਆ ਪੀਆਰ ਲੈਣ ਲਈ ਮੈਂ ਕਰਦੇ ਪੀਆਰ ਲੈਣ ਅੱਜ ਦਾ ਇਸ ਵੀਡੀਓ ਦਾ ਮਕਸਦ ਇਹ ਸੀਗਾ ਕਿ ਸਪਟੰਬਰ ਇੰਟੇਕ ਦੀਆਂ ਆਰ ਐਸ ਗੂਗਲ ਦੇ ਕੋਲ ਹਾਲੇ ਵੀ ਟੋਰੋਂਟੋ ਬਰੈਂਪਟਨ ਤੋਂ ਬਾਅਦ ਵੈਨਕੂਵਰ ਸਰੀ ਐਂਡ ਮੋਰਟੀਆਂ ਵਿੱਚ ਤਕਰੀਬਨ 18 ਤੋਂ ਉੱਪਰ ਕਾਲਜਾਂ ਦੀਆਂ ਸੀਟਸ ਮੇਰੇ ਪਾਸ ਜਿੱਥੇ ਤੇ ਸਪਟੰਬਰ ਇੰਟੇਕ ਵਿੱਚ ਆਰਟਸ ਬੈਕਗਰਾਊਂਡ ਵਾਲੇ ਬੱਚੇ ਕਾਮਰਸ ਬੈਕਗਰਾਊਂਡ ਵਾਲੇ ਬੱਚੇ ਨੋਨ ਮੈਡੀਕਲ ਵਾਲੇ ਬੱਚੇ ਔਰ ਮੈਡੀਕਲ ਸਟਰੀਮ ਵਾਲੇ ਬੱਚੇ ਵਾਈਡ ਰੇਂਜ ਆਫ ਕੋਰਸ ਅਵੇਲੇਬਲ ਹੈ ਚਾਹੇ ਉਹ ਹੋਸਪਿਟੈਲਿਟੀ ਦੇ ਹੋਣ ਚਾਹੇ ਉਹ ਇੰਜੀਨੀਅਰਿੰਗ ਦੇ ਹੋਣ ਚਾਹੇ ਉਹ ਆਈਟੀ ਦੇ ਹੋਣ ਚਾਹੇ ਉਹ ਨਰਸਿੰਗ ਦੇ ਹੋਣ ਚਾਹੇ ਉਹ ਹੈਲਥ ਕੇਅਰ ਦੇ ਹੋਣ ਸਾਰੇ ਅਕਾਊਂਟਿੰਗ ਦੇ ਪ੍ਰੋਗਰਾਮ ਬਿਜ਼ਨਸ ਦੇ ਪ੍ਰੋਗਰਾਮ ਸਾਰੇ ਅਵੇਲੇਬਲ ਹੈ ਸੋ ਲੋੜ ਹੈ ਤੁਹਾਨੂੰ ਮੇਰੀ ਟੀਮ ਨਾਲ ਸੰਪਰਕ ਕਰਨ ਦੀ ਮੇਰੇ ਜਲੰਧਰ ਮੋਹਾਲੀ ਔਰ ਨਵਾਂਸ਼ਹਿਰ ਆਫਿਸ ਵਿੱਚ ਸੋ ਦੈਟ ਤੁਹਾਨੂੰ ਸਪਟੰਬਰ ਟੇਕ ਲਈ ਕੈਨੇਡਾ ਭੇਜਣ ਦਾ ਸੁਪਨਾ ਕਰੀ ਜਾਂਦਾ ਹੁਣ ਇੱਕ ਪ੍ਰੋਬਲਮ ਦਾ ਬੱਚਿਆਂ ਲਈ ਪੰਜਾਬ ਦੇ ਵਿੱਚ ਤਕਰੀਬਨ 70% ਆਉਂਦੀ ਹੈ ਇਹਨਾਂ ਦੇ ਆਈਲਸ ਵਿੱਚੋਂ ਓਵਰਆਲ ਸਿੱਖਣਾ ਹੈ ਕਿਸੇ ਕਮਿਟੀ ਵਿੱਚੋਂ ਸਪੀਕਿੰਗ ਚੋਂ ਰੀਡਿੰਗ ਚੋਂ ਰਾਈਟਿੰਗ ਚੋਂ ਜਾਂ ਲਿਸਨਿੰਗ ਚੋਂ 5.5 ਲੈ ਐਂਡ ਉਹ ਬੱਚੇ ਗਲਤ ਕੰਸਲਟੈਂਟ ਦੇ ਥੱਕ ਕੇ ਗਲਤ ਕਾਲਜ ਕਰਕੇ ਵੀਜ਼ਾ ਰਿਫਿਊਜ਼ ਕਰਾ ਕੇ ਬੈਠ ਗਏ ਅਤੇ ਮਾਂ ਪਿਓ ਦਾ ਪੈਸਾ ਖਰਚ ਕਰ ਚੁੱਕਾ ਜੋ ਸੋਚਦੇ ਕਿ ਮੈਂ ਕੈਨੇਡਾ ਪੜ੍ਹ ਕੇ ਜਾ ਸਕਦਾ ਤੁਹਾਡੇ ਲਈ ਓਪਰਚੁਨਿਟੀ ਆ ਰਸ ਕਰਨ ਤੁਹਾਡੀ ਘੱਟ ਪਰਸੈਂਟੇਜ ਦੇ ਨਾਲ ਓਵਰਆਲ 6 ਬੈਂਡ ਦੇ ਨਾਲ ਕਿਸੇ ਇੱਕ ਬੱਚੇ ਵਿੱਚੋਂ 5.5 ਨਾਲ ਵੀ ਤੁਹਾਨੂੰ ਕੈਨੇਡਾ ਪੜ੍ਹਨ ਜਾਣ ਦਾ ਤੁਹਾਨੂੰ ਸੁਪਨਾ ਪੂਰਾ ਕਰੇਗਾ ਲੋੜ ਹੈ 70509 ਨੰਬਰ 'ਤੇ ਕਾਲ ਕਰਕੇ ਮੇਰੇ ਜਲੰਧਰ ਮੋਹਾਲੀ ਔਰ ਨਵਾਂਸ਼ਹਿਰ ਆਫਿਸ ਦੀ ਐਕਸਪਰਟ ਟੀਮ ਨਾਲ ਆਪਣੀ ਅਪਾਇੰਟਮੈਂਟ ਬੁੱਕ ਕਰਨ ਦੀ ਤਾਂ ਕਿ ਤੁਹਾਨੂੰ ਕੈਨੇਡਾ ਭੇਜਣ ਦਾ ਸੁਪਨਾ ਪੂਰਾ ਕੀਤਾ ਜਾ ਸਕੇ ਸੋ ਅੱਜ ਉਹ ਵਾਲੇ ਵਿਦਿਆਰਥੀ ਜਿਨ੍ਹਾਂ ਦੀ ਪਰਸੈਂਟੇਜ ਘੱਟ ਹੈ ਤੁਸੀਂ ਅਗਰ ਸਾਡਾ ਫੇਸਬੁੱਕ ਪੇਜ ਫੋਲੋ ਕਰਦੇ ਹੋ ਦੇਖਿਆ ਹੋਏਗਾ ਸੁਖਦੀਪ ਸਿੰਘ ਦੀ ਵੀਡੀਓ ਜਿਹੜਾ 3 ਵਾਰ ਰਿਫਿਊਜ਼ਲ ਤੋਂ ਬਾਅਦ ਵੀ 52% ਦੇ ਨਾਲ ਵੀ ਕਿੰਨੀ ਘੱਟ ਪਰਸੈਂਟੇਜ ਸੈਕਿੰਡ ਡਿਵੀਜ਼ਨ ਨਾਲ ਹੀ ਬੱਚਾ ਕੈਨੇਡਾ ਪੜ੍ਹਨ ਦਾ ਪਰਸੈਂਟੇਜ ਘੱਟ ਹੈ ਤੁਹਾਡੀ ਪੜ੍ਹਾਈ 2-4 ਸਾਲ ਦਾ ਗੈਪ ਪੈ ਚੁੱਕਾ ਹੈ ਤੁਹਾਡੀ ਆਇਲਟ ਵਿੱਚੋਂ ਸਾਰੇ ਮਡਿਊਲ 'ਚੋਂ 6 ਨਹੀਂ ਹੈਗੀ ਓਵਰਆਲ 6 ਹੈ ਤਾਂ ਵੀ ਕੈਨੇਡਾ ਪੜ੍ਹਨ ਜਾਣ ਦੀ ਆਰ ਐਸ ਟੀਮ ਦੀ ਸਪਾਟ ਟੀਮ ਦੀ ਮਦਦ ਲਈ ਜਾ ਸਕਦੀ ਹੈ ਹੇਠਾਂ ਨੰਬਰ ਫਲੈਸ਼ ਹੋ ਰਿਹਾ 70509 70509 ਉਸ ਨੰਬਰ 'ਤੇ ਕਾਲ ਕਰਕੇ ਮੇਰੀ ਟੀਮ ਨੂੰ ਮਿਲੋ ਅਤੇ ਆਪਣਾ ਕੈਨੇਡਾ ਪੜ੍ਹਨ ਦਾ ਸੁਪਨਾ ਪੂਰਾ ਕਰੋ ਸਪਟੰਬਰ ਇੰਟੇਕ ਲਈ ਸਾਡੇ ਕੋਲ ਵਾਈਡ ਰੇਂਜ ਆਫ ਕੋਰਸ ਦੀ ਆਪਸ਼ਨ ਅਵੇਲੇਬਲ ਹੈ ਹੋਰ ਨਵੀਆਂ ਜਾਣਕਾਰੀਆਂ ਤੁਹਾਡੀ ਲੈ ਕੇ ਆਊਂਗਾ ਜਿਹੜਾ ਬੱਚਾ ਇੱਥੋਂ ਪੜ੍ਹਾਈ ਦੇ ਬੇਸ 'ਤੇ ਨਹੀਂ ਵਰਕ ਪਰਮਿਟ 'ਤੇ ਜਾਣਾ ਚਾਹੁੰਦਾ ਜਾਂ ਜਿਹੜੇ ਇੱਥੋਂ ਪੱਕੇ ਤੌਰ 'ਤੇ ਪੀ ਆਰ ਜਾਣਾ ਚਾਹੁੰਦੇ ਅਗਲੀ ਵੀਡੀਓ ਰਹੇਗੀ ਉਹਨਾਂ ਲਈ ਕੀਪ ਵਾਚਿੰਗ ਆਰ ਫੇਸਬੁੱਕ ਪੇਜ ਕੀਪ ਵਾਚਿੰਗ ਆਰ ਯੂਟਿਊਬ ਚੈਨਲ ਸੋ ਦੈਟ ਤੁਹਾਨੂੰ ਨਵੀਂ ਨਵੀਂ ਇਨਫੋਰਮੇਸ਼ਨ ਤਾਂ ਕਿ ਵਰਕ ਪਰਮਿਟ 'ਤੇ ਜਾਣ ਲਈ ਕਿੰਨੇ ਕਿੰਨੇ ਪ੍ਰੋਫਾਈਲਸ ਵੀ ਐਲੀਜੀਬਲ ਹੈ ਪੀਆਰ ਤੇ ਆਉਣਾ ਚਾਹੁੰਦੇ ਹੋ ਪੱਕੇ ਤੌਰ ਤੇ ਪਰਿਵਾਰ ਨਾਲ ਕੈਨੇਡਾ ਕੌਣ ਕੌਣ ਆ ਸਕਦਾ ਕੀ ਕੀ ਰਿਕੁਆਇਰਮੈਂਟ ਪੂਰੀ ਕਰਨੀ ਪੈਣਗੀ ਢੇਰ ਸਾਰੀਆਂ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਾਂਗਾ ਨਵੀਂ ਵੀਡੀਓ ਰਾਹੀਂ ਥੈਂਕ ਯੂ ਸੋ ਵੈਰੀ ਮੱਚ ਫੋਰ ਸਪੋਰਟਿੰਗ ਆਰ ਐਸ ਗਲੋਬਲ ਇਮੀਗ੍ਰੇਸ਼ਨ ਡੋਂਟ ਫਰਗੇਟ ਟੂ ਕਾਲ ਐਟ ਆਰ ਐਸ ਗਲੋਬਲ ਇਮੀਗ੍ਰੇਸ਼ਨ ਐਟ 7 0509 70509 ਸਤਿ ਸ਼੍ਰੀ ਅਕਾਲ